ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜਣਿਆਂ ਨੂੰ, ਹੋਪਫੁਲ ਤੁਸੀਂ ਸਾਰੇ ਠੀਕ ਠਾਕ ਹੋਗੇ। ਸਵਾਗਤ ਆਪਣੇ ਚੈਨਲ 'ਤੇ, ਜਿਹਦਾ ਨਾਲ ਕਿ ਜਸ਼ਨ ਗਿੱਲ ਵਲੋਗਸ। ਅਤੇ ਕਾਫੀ ਦਿਨਾਂ ਬਾਅਦ ਵਲੋਗਿੰਗ ਕੀਤੀ ਆਪਾਂ, ਕਿਉਂਕਿ ਇੱਥੇ ਆ ਗਏ ਅਤੇ ਦੁਨੀਆ ਹੀ ਭੁੱਲ ਗਈ, ਮੈਂ ਆਪਣਾ ਇੰਟਰਨੈਟ ਹੀ ਭੁੱਲ ਗਈ, ਕਿਉਂਕਿ ਥੋੜ੍ਹਾ ਹਾਲੇ ਮੈਂ ਸ਼ਾਇ ਸ਼ੂਈ ਫੀਲ ਕਰਦੀ ਹਾਂ। ਹਾਏ ਵੱਡੇ ਮੋਏ ਮੇਰੇ ਵੱਲ ਵੇਖਣ ਡਿਆ। ਅਤੇ ਅੱਜ ਜਿਹੜੇ ਆਪਾਂ, ਮੈਂ ਤੁਹਾਨੂੰ ਫਰੈਂਡਸ ਆ ਸਾਰੇ, ਉਹਦੇ ਵਿੱਚੋਂ ਅੱਜ ਇੱਕ ਦਾ ਬਰਥਡੇ ਆ, ਬਰੋ ਆ ਉਹਦਾ ਬਰਥਡੇ ਆ, ਅਤੇ ਸਾਰਿਆਂ ਨੇ, ਰੂਮਮੇਟ ਨੇ, ਆਪਾਂ ਸਾਰੇ ਜਿਹਨੇ ਹਾਊਸ ਵਿੱਚ ਆਪਾਂ ਰਹਿੰਦੇ ਹਾਂ, ਉਹਨਾਂ ਨੇ ਆਪਾਂ ਸੈਲੀਬ੍ਰੇਟ ਕਰਨਾ। ਅਤੇ ਤੇਰਾ ਫੋਨ ਬੰਦ ਕਿਉਂ ਨਹੀਂ ਹੋ ਸਕਦਾ? ਅਤੇ ਬਸ ਅੱਜ ਦਾ ਵਲੋਗ ਇਹੀ, ਸਾਰੇ ਆਪਣੇ ਆਪਣੀਆਂ ਸ਼ਿਫਟ ਤੋਂ ਆਏ ਸੀ। ਅਤੇ ਰਾਤ ਦੇ ਕਿੰਨੇ ਵੱਜ ਗਏ ਆ? ਰਾਤ ਦੇ ਵੱਜ ਗਏ 12 ਵੱਜ ਗਏ, ਉਹਦਾ ਬਰਥਡੇ ਸੀ ਅਤੇ 12 ਵੱਜ ਗਏ, 11:52 ਹੋ ਗਏ ਆ। ਅਤੇ ਬਸ ਅੱਜ ਦਾ ਹੈਗਾ ਆਪਣਾ ਵਲੋਗ ਬਰਥਡੇ ਪਾਰਟੀ ਦਾ, ਅੱਜ ਆਪਾਂ ਇੰਜੋਏ ਕਰਾਂਗੇ, ਖਾਵਾਂ ਪੀਵਾਂਗੇ, ਬਾਹਰਲਾ ਬਰਥਡੇ ਵਿਖਾਵਾਂਗੇ। ਅਤੇ ਇੱਦਾਂ ਚੈਨਲ 'ਤੇ ਬਣੇ ਰਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਨੈਕਸਟ ਟਾਈਮ ਤੇਰਾ, ਹਾਂ ਬਾਜੋ ਇਹਦਾ ਬਰਥਡੇ ਆ, ਸਿਲਕੀ ਬਾਲ ਤੇਰਾ ਬਰਥਡੇ ਕਿਤਨੇ ਵਜੇ ਕਹਿ ਰਹੀ, ਕਿੱਦਣ? ਅਗਲੇ ਸਾਲ ਪੁੱਤ, ਅਗਲੇ ਸਾਲ ਮੈਂ ਕੀਤਾ ਹੈ, ਮੈਂ ਦੇਖਿਆ ਨਹੀਂ, ਸੋਰੀ, ਮੈਂ ਕੰਮ ਤੋਂ ਆਈ ਹਾਂ, ਮੈਂ ਨਹੀਂ ਦੇਖਿਆ। ਅਤੇ ਚਲੋ ਠੀਕ ਆ, ਫਿਰ ਆਪਾਂ ਤੁਹਾਨੂੰ ਮਿਲਦੇ ਹਾਂ, ਇੱਦਾਂ ਹੀ ਬਣੇ ਰਹੋ ਚੈਨਲ 'ਤੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਸਨੈਪਚੈਟ 'ਤੇ ਜ਼ਰੂਰ ਐਡ ਕਰ ਲਿਓ ਜਸ਼ਨ_ਕੌਰ7501, ਅਤੇ ਤੇਰੀ ਮੈਂ ਵੀਡੀਓ ਨਹੀਂ ਬਣਦੇ ਨਹੀਂ, ਅਤੇ ਆਪਾਂ ਖੋਨੇ ਤੁਹਾਨੂੰ ਬਾਅਦ 'ਚ ਬਰਥਡੇ। ਇੱਧਰ ਆਪਾਂ ਰਸਗੁੱਲੇ ਤਾਂ ਲੈ ਕੇ ਆਏ ਸੀ, ਗੁਲਾਬ ਜਾਮੁਨ, ਇੱਧਰ ਬਰਥਡੇ ਦੀ ਤਿਆਰੀ ਸਟਾਰਟ, ਤੂੰ ਵੀ ਸਟਾਰਟ, ਚੁੱਪ ਕਰਦੇ ਵਾਲੀ ਗੱਲ ਆ, ਡੇਰੀ ਚ ਕੱਢਣ ਦੇ, ਹਾਏ ਨੀ ਇਹ ਮੁੰਡਾ, ਆਹ ਕਿਹੜਾ ਤਰੀਕਾ ਵਾ, ਇਹ ਜਿੱਤੀ ਆ ਕਿ ਤੇ ਲੈ ਗਈ ਗਈ ਜੀ ਦੀ ਉਂਗਲ ਸੇ ਨਹੀਂ ਨਿਕਲ ਤਾ, ਤੁਮ ਦੋ ਉਂਗਲੇ ਵਿੱਚ ਕਰ ਲੈ ਤੇ ਗੁਲਾਬ ਜਾਮ ਨਾ, ਨਮਕੀਨ ਚੀਜ਼ ਵੀ ਲੈ ਕੇ ਆਉਣੀ ਸਾਰਾ, ਨਮਕੀਨ ਲੈ ਲਓ ਤੁਸੀਂ, ਇੱਕ ਮਿੱਠਾ ਹੀ ਲਿਆਂਦਾ ਸਾਰਾ ਕੁਝ, ਟਾਈਮ ਦੀ ਰੋਟੀ ਬਣਨ ਦੀ, ਦਿਲ ਵਾਲੀ ਕਿ ਕਾੜੀ ਜਾ ਜਾਣੀ, ਪਰੌਂਠੀਆਂ ਰਾਜ ਵਾਲੀ, ਇੱਧਰ ਆਪਾਂ ਬਣਾਏ ਅੱਜ ਮਿਕਸ ਵੈਜ, ਸਹੀ ਗੱਲ, ਜਾਣੀ ਕਿ ਸੰਘ ਚ ਹੀ ਆ, ਢਿੱਡ ਚ ਹੀ ਆ, ਤੜਕੇ ਦਾ ਖਾਣੇ ਲਾ ਕੇ ਰੱਖਣੇ ਪੈਂਦੇ ਨੇ, ਫੇਰ ਟਾਈਮ ਬਹੁਤ ਹੁੰਦਾ। ਤੇ ਇੱਧਰ ਰੋਟੀ ਪਾਣੀ ਬਣਨ ਡਿਆ ਹੈ, ਬਸ ਪਾਰਟੀ ਸਟਾਰਟ ਹੋਣ ਲੱਗੀ ਹੈ, ਤੇ ਹੀ ਵੇਖੋਗੇ ਪਾਰਟੀ, ਹੋਰ ਬਸ ਕਰਦੇ ਹਾਂ ਇੰਜੋਇਮੈਂਟ, ਔਰ ਆ ਗਏ ਟਾਡੀਆਂ ਕੋਕੋ ਕੋਲਾ ਦਾ ਡੱਬਾ ਹੀ ਲੈਂਦਾ, ਮੈਨੂੰ ਲੱਗਦਾ ਰਸਗੁੱਲੇ ਵੀ ਹੈਗੇ ਨੇ, ਗੁਲਾਬ ਜਾਮਨ ਵੀ ਹੈਗੇ ਨੇ, ਸਾਰਾ ਕੁਝ ਅੱਜ ਤੇ ਖਾਓ ਪੀਓ, ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਤੇ ਖਾਏ, ਆ ਗਿਆ ਪਿਊਸ਼, ਪਿਊਸ਼ ਆ ਗਿਆ, ਮੈਂ ਚੱਲੀ ਹਾਂ ਅੰਦਰ, ਅੰਦਰ ਚੱਲੀ ਹਾਂ ਕਿਉਂਕਿ ਭੁੱਜੀ, ਅਤੇ ਮੈਂ ਚੱਲੀ ਅੰਦਰ ਕਿਉਂਕਿ ਪਾਰਟੀ ਬਸ ਹੋਣ ਲੱਗੀ ਆ ਸਟਾਰਟ, ਮੈਂ ਹੈਡਫੋਨ ਲੱਭਣ ਡੀ, ਅਤੇ ਚਲੋ ਬਸ ਹੁਣ ਵਿਖਾਉਂਦੇ ਹਾਂ ਪਾਰਟੀ ਸਟਾਰਟ। ਅਤੇ ਇੱਥੇ ਸਾਰੇ ਸਾਰੇ ਕੰਮਾਂ ਕਰਾ ਤਾ, ਇੱਥੇ 2-2 ਵਜੇ ਤੱਕ ਨਹੀਂ ਸੌਂਦੇ, ਇੰਨੀ ਲੇਟ ਸੌਂਦੇ ਆ, ਕੋਈ ਹਿਸਾਬ ਹੀ ਨਹੀਂ ਮੇਰਾ। ਇੱਧਰ ਨਾਚ ਪ੍ਰੀਤ ਕੌਰ ਰੰਧਾਵਾ ਆ ਗਈ ਹੈ ਮੇਰੇ ਲਾਗੇ, ਹੈਲੋ ਗਾਇਸ, ਇੱਧਰ ਨਾ ਹਰ ਇੱਕ ਚੀਜ਼ ਚੁੱਕ ਚੁੱਕ ਹੀ ਖਾਈ ਜਾਂਦੀ, ਹਰ ਇੱਕ ਚੀਜ਼ ਚੁੱਕ, ਹਾਏ ਮੁੰਡੇ ਨੇ ਗਾਣੇ ਦੀ ਉੱਚੀ ਲਾਏ ਆ, ਅਤੇ ਮੈਂ ਇੱਕਦਮ ਨੀਂਦ ਆਉਣ ਲੱਗ ਪਈ ਆ, ਕਿਹਦੇ ਬਰਥਡੇ ਦੇਖੋ, ਹਾਂ
ਮੈਨੂੰ ਇੰਨੀ ਠੰਡ ਲੱਗਣ ਡੀ ਤੇ ਇਹਨਾਂ ਸਾਰੇ ਅੱਧੀਆਂ ਬਾਹਾਂ ਦੇ ਪਾਏ ਆ ਵੀ ਕੇਕ ਕੁਕ ਮਲਣਾ ਇਹਨਾਂ ਦੇ ਸਾਰਿਆਂ ਨੇ ਐਂ ਕਸੇ ਕੁਸੇ ਕੱਪੜੇ ਪਾ ਲਏ ਵੀ ਸਾਡੇ ਨਵੇਂ ਕੱਪੜੇ ਨਾ ਖਰਾਬ ਹੋਣ ਤੇ ਵੱਡੇ ਬੋਏ ਨਾਲ ਤੁਹਾਨੂੰ ਮਿਲਾਉਂਦੇ ਹਾਂ ਆ ਜਾ ਪ੍ਰੀਤੂ ਵੱਡੇ ਬੋਏ ਨਾਲ ਮਿਲਾਈਏ ਇਹ ਖਿੱਚੀ ਕਿੰਨੇ ਫਿਰ ਤੇ ਮੈਂ ਮਿਲਾਉਂਦੀ ਹਾਂ ਆਪਣੇ ਵੀਰੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੱਡੇ ਬੋਏ ਕੰਮ ਯਾਰ ਮੈਂ ਕਰਤੀ ਸਟਾਰਟ ਵੱਡੇ ਬੈਠਾ ਜਿਹੜਾ ਗੱਭਿਆ ਬਿਠਾ ਲਾ ਹੈ ਕੀ ਬੋਲਣ ਨਾ ਤੂੰ ਕਦੀ ਗੁਲਾਬ ਜਾਮੁਨ ਨਹੀਂ ਖਾ ਕੇ ਵੇਖਿਆ ਠੀਕ ਹੈ ਦੀਦੀ ਖਾ ਕੋਕ ਵੀ ਆ ਗਈ ਆਪਣੀ ਤੇ ਖਾਈਏ ਪੀਏ ਸਪੈਸ਼ਲੀ ਮੇਰੀ ਸਟ੍ਰੋਬਰੀ ਮੈਨੂੰ ਕੇਕ ਨਹੀਂ ਦੇਣਾ ਇਹ ਰਸਗੁੱਲੇ ਇਹਨਾਂ ਨੂੰ ਤਾਂ ਮਿਲੇ ਹੋਏ ਆਪਣੇ ਫਿਰ ਉੱਥੇ ਰੱਖ ਉੱਪਰ ਵਾਲਾ ਡਰਾਅ ਖੁੱਲਾ ਆਹ ਮਿਲੇ ਹੋਏ ਆ ਆਪਣਾ ਕਹਤੇ ਥੋੜੀ ਟਾਈਮ ਆ ਕਿ ਤੈਨੂੰ ਇਧਰ ਕੋ ਕੇਕ ਵੀ ਕਾਂਡੀ ਸਟ੍ਰੋਬਰੀ ਉੱਪਰ ਓਏ ਮੰਮੀ ਹਾਂ ਆ ਬਹੁਤ ਸਵਾਦ ਆ ਨਾ ਤੂੰ ਨਹੀਂ ਖਾਣੇ ਬਾਅਦ ਗੁਲਾਬ ਜਾਮਨ ਖਾਦੇ ਆ ਇੰਡੀਆ 'ਚ ਬਹੁਤ ਖਾਂਦੇ ਸੀ ਪਰ ਇੱਥੇ ਆ ਕੇ ਮੈਨੂੰ ਹੁਣ ਮਿਲਿਆ ਓ ਮੈਂ ਕਦੇ ਗੁਲਾਬ ਜਾਮਨ ਖਾ ਗਿਆ ਖਾ ਕੇ ਨਹੀਂ ਵੇਖਿਆ ਚਲੋ ਮਿਲਦੇ ਹੁਣ ਆਪਾਂ ਚੱਲੀਏ ਇਹ ਇਨਸਾਨ ਨਹੀਂ ਆ ਇਹ ਜਿਹੜੇ ਆ ਨਾ ਇੱਥੇ ਰਹਿੰਦੇ ਇਨਸਾਨ ਨਹੀਂ ਆ ਜਾਨਵਰ ਆ ਜਾਨਵਰ ਕੇ ਖਾਣਾ ਨਹੀਂ ਹੁੰਦਾ ਐਡਾ ਮਗਰ ਕਿਹਾ ਨਾਲ ਨਹਾਉਣਾ
ਡੱਬਾ ਲੱਗਦਾ ਹੀ ਆ ਡੱਬਾ ਉਹਦੇ ਵਾਸਤੇ ਵੀ ਆ ਸਾਰੇ ਥੱਕੇ ਤੁੱਕੇ ਆਏ ਹੁੰਦੇ ਆ ਤੇ ਬਸ ਆਪਾਂ ਇੰਨੀ ਕਿ ਅੱਜ ਪਾਰਟੀ ਵਿਖਾਉਣੀ ਖੁੱਲ ਕੇ ਵਲੋਗ ਬਣਾਇਆ ਕਰਾਂਗੇ ਛੇ ਤੇਰੀ ਉਂਗਲਾਂ ਵੱਢ ਦੇਣੀਆਂ ਹੀ ਤੂੰ ਕੀ ਕਹਿਣਾ ਚਾਹੁੰਦੀ ਕੋਈ ਬਿਆਨ ਦੇਣਾ ਬਣੀ ਸਪੀਚ ਪੁੱਛ ਦੇਣਾ ਚਾਹੁੰਦੀ ਹਾਂ ਯਾਰ ਇੱਥੇ ਕੰਮ ਹੀ ਰਹਿ ਗਿਆ ਕੰਮ ਰਹਿ ਗਿਆ ਗਰੀਬੋ ਪਾਣੀ ਵੇ ਕਿੰਝ ਪੀਂਡੀ ਚਲੋ ਠੀਕ ਆ ਫਿਰ ਸਵੇਰੇ ਫਿਰ ਸਵੇਰੇ ਕਹੀ ਜਾਂਦੀ ਆ ਫਿਰ ਤੁਹਾਨੂੰ ਆਪਾਂ ਮਿਲਾਂਗੇ ਹੁਣ ਅਗਲੇ ਵਲੋਗ ਨਾਲ ਛੋਟਾ ਜਿਹਾ ਬਸ ਵਲੋਗ ਸੀ ਜੇ ਵਲੋਗ ਤੇ ਲੱਗੇ ਵੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਕੋਸ਼ਿਸ਼ ਕਰੂੰਗੀ ਵਧੀਆ ਵਧੀਆ ਡੇਲੀ ਡੇਲੀ ਵਲੋਗ ਬਣਾ ਕੇ ਸੱਚੀ ਸੱਚ ਇੱਕ ਸਰਪ੍ਰਾਈਜ਼ ਮਿਲਣ ਵਾਲਾ ਤੁਹਾਨੂੰ ਹੋਰ ਬਹੁਤ ਹੀ ਜਲਦ ਸਰਪ੍ਰਾਈਜ਼ ਮਿਲਣ ਵਾਲਾ ਉਹ ਕੀ ਕਹਿੰਦੇ ਉਹਨੂੰ ਬਹੁਤ ਘੈਂਟ ਸਰਪ੍ਰਾਈਜ਼ ਹੋਊਗਾ ਮੈਂ ਵੇਟ ਕਰਨ ਦੀ ਉਹ ਦਿਨ ਦਾ ਸ਼ਿਵ ਸ਼ਕਤੀ ਨਾਲ ਅਤੇ ਚਲੋ ਠੀਕ ਆ ਫਿਰ ਹੁਣ ਆਪਾਂ ਮਿਲਦੇ ਤੁਹਾਨੂੰ ਅਗਲੇ ਵਲੋਗ ਨਾਲ ਬਾਏ ਬਾਏ।